ਉਹ ਜੀ ਕਣਕ ਨੂੰ ਲਾਤੀ ਦਵਾਈ ਤੇ ਅੱਜ ਕਹਿੰਦੇ ਬੀਜ ਦਾਣੀ ਮੌਸਮ ਤਾਂ ਹਲੇ ਛਬੀਲਾ ਨਹੀਂ ਲੱਗਦਾ ਪਰ ਹੜਦੇ ਨਹੀਂ ਹੈ ਵੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਅੱਜ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਲੱਗੇ ਅੱਜ ਕਣਕ ਬੀਜਣ ਤੇ ਸਰੋਂ ਦੀ ਬਿਜਾਈ ਤੇ ਚੱਲਦੀ ਦੋ ਦਿਨ ਹੋ ਗਏ ਸਰੋਂ ਦੇ ਬੀਜ ਤੇ ਚਾਰ ਪੰਜ ਖੇਤ ਤੇ ਹੁਣ ਅੱਜ ਲੱਗੇ ਕਣਕ ਬੀਜਣ ਕਿਉਂਕਿ ਉਹਨਾਂ ਦੇ ਮੂਹਰੇ ਰਸਤਾ ਫਿਰ ਬੰਦ ਹੋ ਜਾਣਾ ਉਹ ਜਗ੍ਹਾ ਰਹਿਣੀ ਨਹੀਂ ਖੇਤਾਂ ਲੰਘਣਿਆਂ ਨੂੰ ਖੇਤਾਂ ਦੇ ਪਿੱਛੇ ਹੁਣ ਬੀਜ ਦਾਣੀ ਖੇਤੀ ਉਹ ਮੌਸਮ ਵੀ ਠੀਕ ਆ ਠੰਡ ਜੀ ਥੋੜ੍ਹੀ ਵਧਣ ਲੱਗ ਗਈ ਹੁਣ ਹੋ ਜਾਣੇ ਨੇ ਅਤੇ ਰੱਖ ਲਿਆ ਸਮਾਨ ਸਾਰੇ ਆਪਾਂ ਨੇ ਹਾਂ ਪਹਿਲਾਂ ਰੇਰੂ ਪਾਇਆ ਉਹਨੇ ਫਿਰ ਦੁਪਹਿਰ ਅਤੇ ਰੋਟੀ ਦੇ ਬਾਅਦ ਫਿਰ ਕਣਕ ਦਾ ਬੀਜ ਕਣਕ ਦੀ ਦਵਾਈ ਲਾ ਕੇ ਫਲੇਜੂਗੇ ਚੱਕੇ ਨਾਲ ਅਤੇ ਹੁਣ ਚੱਲਦੇ ਹਾਂ ਖੇਤਾਂ ਨੂੰ ਦਿਖਾਉਂਦੇ ਤੁਹਾਨੂੰ ਉੱਥੇ ਵੱਟਾ ਮੁੱਟਾ ਵੀ ਸਵੇਰੇ ਸਾਜਰੇ ਪਾਏ ਜਿੰਦਾ ਖੜਾ ਹੋ ਵੱਟਾ ਮੁੱਟਾ ਪਾ ਕੇ ਖੇਤ ਉਹ ਤਿਆਰ ਕਰਤੇ ਜਿਹੜੇ ਆਪਾਂ ਸਰੋਂ ਬੀਜੀ ਆ ਅਤੇ ਅੱਜ ਵਾਰੀ ਕਣਕ ਦੀ ਆ ਗਈ ਅਤੇ ਚਲੋ ਹੁਣ ਚੱਲਦੇ ਹਾਂ ਜੀ ਖੇਤਾਂ ਨੂੰ ਫਿਰ ਤੁਹਾਨੂੰ ਦਿਖਾਉਂਦੇ ਅੱਗੇ ਲਓ ਜੀ ਆ ਗਏ ਖੇਤਾਂ 'ਚ ਅੱਜ ਵੀ ਇਕੱਲੀ ਕਰੀ ਜਾਣ ਆ ਅਤੇ ਕੰਮ ਕਰਨੇ ਆ ਕਈ ਆ ਸੱਤ ਅੱਠ ਥੈਲੇ ਰੇਹ ਦੇ ਅਤੇ ਆ ਖੇਤਾਂ 'ਚ ਪਾਉਣੇ ਕਣਕਾਂ 'ਚ ਆ ਦੇਖ ਲਓ ਗਿੱਲ ਗੁੱਲ ਐਨ ਪੂਰੀ ਵਧੀਆ ਧੁੱਪਾਂ ਚੜ੍ਹੇ ਹੋਏ ਆ ਪੂਰੀ ਅਤੇ ਪਿਛਲੀ ਵਾਰ ਤਾਂ ਕਣਕ ਬੀਜੀ ਜ਼ਿਆਦਾ ਕੋਟੀਆਂ ਪਾ ਕੇ ਘਰ 'ਤੇ ਆਏ ਤੇ ਕੋਟੀਆਂ ਠੰਡ ਲੱਗਦੀ ਰਹੀ ਪੂਰੀ ਜਾਂ ਬੀਜਣ ਆਉਂਦੇ ਸਵੇਰੇ ਸੱਜਰੇ ਸੱਜਰੇ ਪੂਰੀ ਧੁੰਦ ਦੇ ਵਿੱਚ ਅਤੇ ਇਸ ਵਾਰ ਪੂਰੀ ਗਰਮੀ ਦੇ ਵਿੱਚ ਆਏ ਹਨ ਹੁਣ ਗਰਮੀ ਲੱਗ ਰਹੀ ਇਸ ਟਾਈਮ ਛੱਡ ਦੇ ਵਿੱਚ ਅਤੇ ਡੈਡੀ ਕਹਿੰਦੇ ਬੀਜ ਦਾਣੀ ਵੀ ਰਸਤ ਨਹੀਂ ਰਹਿਣਾ ਖੇਤ ਨੂੰ ਅਤੇ ਚਲੋ ਦੇਖਦੇ ਹਾਂ ਬਾਕੀ ਕਿਆ ਬਣਦਾ ਲਾ ਦਿੰਦਾ ਛਿੱਟਾ ਅੱਜ ਤਾਂ ਅੱਖਾਂ ਜਿਵੇਂ ਮੇਜ ਕੇ ਬਾਕੀ ਦੇਖੇ ਜਾਓ ਕਿ ਬਣਦਾ ਕਿਆ ਥੱਲੇ ਪੂਰੀ ਆ ਖੇਤਾਂ 'ਚ ਅਤੇ ਆ ਖੇਤ ਬੀਜਣੇ ਆ ਦੋ ਕਿੱਲੇ 'ਚ ਕਣਕ ਦੇ ਦੁਪਹਿਰਾਂ ਕਿੱਲਾ ਇੱਕ ਸਰੋਂ ਦਾ ਹੋਰ ਬੀਜ ਦੇਣ ਜਾਂਦੇ ਹੋਏ ਨੇ ਅਤੇ ਆ ਰੇਹ ਨੂੰ ਸਾਰਾ ਆ ਗਿਆ ਆਪਣਾ ਦੇਖੋ ਅਤੇ ਪਾਉਂਦੇ ਹਾਂ ਹੁਣ ਇਹਨੂੰ ਫਿਰ ਤੁਹਾਨੂੰ ਦਿਖਾਉਂਦੇ ਅੱਗੇ ਨਾਲ ਦੇਣ ਲੱਗੇ ਬਣਦਾ ਕਿਆ ਚਾਰ ਪੰਜ ਦਿਨ ਤੱਕ ਦੇਖਦੇ ਹਾਂ ਫਿਰ ਜੰਮਦੀ ਕਿਵੇਂ ਆ ਕਿੰਨਾ ਪੁਜੀਸ਼ਨ ਆ ਬਾਕੀ ਠੰਡ ਤਾਂ ਕਹਿੰਦੇ ਵੀ ਚਾਰ ਦਿਨ ਤੱਕ ਪੂਰੀ ਪੈਣ ਲੱਗ ਜਾਣੀ ਮੌਸਮ ਕਿਉਂਕਿ ਦੀਵਾਲੀ ਨੇੜੇ ਆਈ ਜਾਂਦੀ ਆ ਦੀਵਾਲੀ ਨੇੜੇ ਆਉਣ 'ਤੇ ਫਿਰ ਠੰਡ ਵੱਧ ਜਾਣੀ ਬਾਕੀ ਦੇਖਦੇ ਹਾਂ ਜੀ ਜੱਸ ਨੂੰ ਕਰਿਆ ਫੋਨ ਉਹ ਆਊਗਾ ਫਿਰ ਦੇਖਦੇ ਹਾਂ ਉਹ ਵੀ ਕਰਾਊਗਾ ਨਾਲ ਹੈਲਪ ਫਿਰ ਸਾਜਰੇ ਕੰਮ ਨਿਬੜ ਜਾਊਗਾ ਹਾਲੇ ਬਕਸਾ ਰਹਿੰਦਾ ਤਾਂ ਲਾਉਣ ਨੂੰ ਬਕਸਾ ਨਹੀਂ ਲੱਗਿਆ ਹਾਲੇ ਤੱਕ ਦੇਖ ਲਓ ਕਿੰਨੇ ਦਿਨ ਹੋ ਗਏ ਬਣਾ ਕੇ ਰੱਖਿਆ ਉਹ ਸਾਰਾ ਕੁਛ ਅਤੇ ਟਾਈਮ ਹੀ ਨਹੀਂ ਲੱਗਦਾ ਹੈਗਾ ਅਤੇ ਚਲੋ ਬਾਕੀ ਦੇਖਦੇ ਹਾਂ ਹੁਣ ਕਰਦੇ ਹਾਂ ਕੰਮ ਸ਼ੁਰੂ ਪਾਉਣਾ ਝੋਲੀ ਪਾਉਂਦੇ ਹਾਂ ਰੇ ਲਓ ਜੀ ਜੱਸ ਵੀ ਆ ਗਿਆ ਅਤੇ ਆਹ ਖੇਤਾਂ ਮੈਂ ਪਾਤਾ ਸਾਰਾ ਹੀ ਅਤੇ ਉਹ ਰਹਿ ਗਿਆ ਕਿੱਲਾ ਆਪਣਾ ਜਿਹੜਾ ਸਰੋਂ ਵਾਲਾ ਇੱਧਰ ਚਾਰ ਥੈਲੇ ਪੈ ਗਏ ਅਤੇ ਉਹ ਰਹਿ ਗਿਆ ਉਹਦੇ ਉਹ ਪਾਉਂਦੇ ਹਾਂ ਅਤੇ ਆ ਗਿਆ ਇੱਧਰ ਇਹ ਇਹਨੂੰ ਕਿਹਾ ਵੀ ਟਰੈਕਟਰ 'ਤੇ ਆ ਉੱਥੇ ਚੱਲ ਅਤੇ ਆਹ ਖੇਤ ਪਾ ਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਲਓ ਜੀ ਇੱਧਰ ਵਾਲਾ ਆਪਣਾ ਖੇਤ ਹੋ ਗਿਆ ਸਾਰਾ ਇਹ ਆਹ ਖੇਤ ਨੂੰ ਲੱਗੀ ਵਾਰੀ ਦੀ ਕਿੱਤਾ ਪਾਤਾ ਜੀ 20013 ਅਤੇ ਹੁਣ ਡਾਇਆ ਲੱਗਿਆ ਪਾਉਣ ਇੱਧਰ ਹੁਣ ਆਏ ਗਿਆ ਨਹੀਂ ਜੀ ਆਹ ਲਵੇੜ 'ਤੇ ਆ ਦੇਖ ਲਓ ਹੁਣ ਆਇਆ ਤਾਂ ਹੀ ਲਿਬੜੇ ਹੋਏ ਹਨ ਹਾਂ 20013 ਇਹਦੀ ਪਾਇਆ ਹੁਣ ਆ ਖੇਤ 'ਚ ਠੀਕ ਆ ਠੀਕ ਆ ਅਤੇ ਹੁਣ ਆਹ ਦੇਖੋ ਜੀ ਇਹਨਾਂ ਦੀ ਹਾਲ ਇੱਕ ਥੈਲਾ ਪਾ ਕੇ ਕਿਆ ਹੋ ਗਈ ਗਰਮੀ ਗਰਮੀ ਹੋ ਗਿਆ ਦੇਖ ਲਓ ਇਹ ਹੱਸੀ ਬਾਈ ਮਾੜਾ ਜਾ ਹੱਸਦੇ ਹੀ ਆ ਬਾਈ ਹੱਸੇ ਸਾਡੇ ਦੇਖ ਲਾ ਬੰਦਾ ਉਹ ਵੀ ਦੇਖਦਾ ਵੀਡੀਓ ਹੱਸਦੇ ਮਾੜਾ ਜਾ ਹਾਂ ਜੀ ਆਓ ਜੀ ਕਣਕ ਨੂੰ ਲਾਤੀ ਦਵਾਈ ਅਤੇ ਅੱਜ ਕਹਿੰਦੇ ਬੀਜ ਦਾਣੀ ਮੌਸਮ ਤਾਂ ਹਲੇ ਛਬੀਲਾ ਨਹੀਂ ਲੱਗਦਾ ਪਰ ਹੜਦੇ ਨਹੀਂ ਹੈਗੇ ਬੀਜ ਦਾਣੀ ਅੱਜ ਦੇਖਦੇ ਤਜਰਬਾ ਕਰਕੇ ਕਿਆ ਕਹਿੰਦੀ ਆ ਕਿਆ ਦਵਾਈ ਪਾਈ ਆ ਵਿੱਚ 81 ਸੀ ਆਹ ਹੌਲੀ ਰਿਸਕੇਅਰ ਅਤੇ ਕਾਹ ਪਾਊਡਰ ਜਿਹੜਾ ਬਾਇਲਾਂ ਪਾਉਂਦੇ ਹੁੰਦੇ ਇੱਕ ਪਾਊਡਰ ਪਾਇਆ ਨਾਲ ਅਤੇ 2 ਕਿੱਲਿਆਂ ਦੀ ਪਾਇਆ ਬੀਜ ਕਿੰਨਾ ਬੀਜ ਪਾਇਆ ਰੈਡੀ ਕਿੱਲੇ ਦਾ 50 ਕਿੱਲੋ 50 ਕਿੱਲੋ ਬੀਜ ਪਾਇਆ ਅਤੇ ਬੂਟਿਆਂ ਜੜ੍ਹਾਂ 'ਚ ਵੀ ਪੈਣਾ ਸਾਰਾ ਕੁਛ ਵਿੱਚੇ 1 ਕਿੱਲੇ ਦੇ ਵਿੱਚ ਪੂਰਾ ਬੂਟਿਆਂ ਜੜ੍ਹਾਂ ਵਿੱਚ ਪੈਰ ਮਾਰਨਾ ਅਤੇ ਕੋਹਲੀ ਨਾਲ ਗੜਾਈ ਕਰਾ ਦੇਣੀ ਇੱਕ ਵਾਰੀ 2 ਕਿੱਲਿਆਂ ਦਾ ਬੀਜ ਆਏ ਅਤੇ ਬਾਕੀ ਦੇਖਦੇ ਹੁਣ ਤੁਹਾਨੂੰ ਦਿਖਾਉਂਦੇ ਮੋਟਰ ਵਜਾ ਕੇ ਨਾਲ ਦੀ ਨਾਲ ਅਤੇ ਛਿੱਟਰਾ ਸਾਰਾ ਮਾਰਿਆ ਜਾ ਕੇ ਉੱਥੇ ਰੇਹ ਰੂਹ ਦਾ ਉੱਤੇ ਕਣਕ ਦਾ ਮਾਰ ਕੇ ਵਾਹੁਣ ਲੱਗ ਜਾਣਾ ਵਾਹ ਕੇ ਸੁਆਗਾ ਮਾਰ ਕੇ ਵੱਟਾਂ ਦੇਣੇ ਆਪਾਂ ਅਤੇ ਅੱਜ 15 ਤਰੀਕ ਹੋ ਗਈ 15 ਅਕਤੂਬਰ ਅਤੇ ਬਾਕੀ ਦੇਖਦੇ ਹੁਣ ਕਿਆ ਬਣਦਾ ਅੱਜ ਤੇ 6 ਮਹੀਨੇ ਵੈਸੇ ਪੂਰੇ ਬਣਦੇ ਕਣਕ ਦੇ ਅੱਜ ਤਾਂ ਲਾਈਏ ਜੇ 15 ਅਪ੍ਰੈਲ ਤੱਕ 6 ਮਹੀਨੇ ਬਣਦੇ ਆ ਪੂਰੇ ਚਲੋ ਦੇਖਦੇ ਹਾਂ ਬਾਕੀ ਕਿਆ ਬਣਦਾ ਅਤੇ ਸਰੋਂ ਦਾ ਵੀ ਛਿੱਟਾ ਮਾਰ ਦੇਣਾ ਨਾਲੇ ਤੁਸੀਂ ਫਿਰ ਮਾਰੋ ਛਿੱਟਾ ਮੈਂ ਤਾਂ ਮਾਰ ਦੇਣਾ ਸਰੋਂ ਦਾ ਰਲਾ ਦੋ ਪਾਵਰ ਚੱਲਦੀ ਹੈ ਛਿੱਟਾ ਵੱਜ ਰਿਹਾ ਕਣਕ ਦਾ ਅਤੇ ਇੱਧਰ ਮੈਂ ਲੱਗਾ ਹੋਇਆ ਵਾਹੁਣ ਇੱਧਰ ਸਾਰਾ ਛਿੱਟਾ ਵੱਜ ਗਿਆ ਤਿਆਰ ਹੈ ਗਿਆ ਇੱਧਰ 3 ਕਿਆਰ ਰੇੜੀ ਆ ਰੜੀ ਲੱਗੇ ਉਹ ਛਿੱਟਾ ਮਾਰਨ ਮੈਂ ਹੌਲੀ ਹੌਲੀ ਵੱਜ ਜਾਂਦਾ ਉੱਧਰ ਸਰੋਂ ਛਿੱਟਾ ਮਾਰਤਾ
ਤੇ ਵਾਹ ਕੇ ਫਿਰ ਜਾਊਂਗੇ ਘਰਾਂ ਜਨਵੇੜ ਕੇ ਸਾਰਾ ਇਹ ਫਿਰ ਉਹ ਉੱਪਰ ਇੱਕ ਖੇਤ ਰਹਿ ਜੂਗਾ ਬਸ ਉਹ ਵੀ ਦੇਖਦੇ ਹਾਂ ਸਰੋਂ ਬੀਜੂਗੇ ਜਾਂ ਬੀਜੂਗੇ ਕਣਕ ਦੇਖੋ ਸਿੱਟਾ ਵੱਧ ਗਿਆ ਕਣਕ ਦਾ 29-60 ਬੀਜ ਆ ਇਹ ਸਿੱਟਾ ਚੱਲ ਰਿਹਾ ਹੁਣ ਸਿੱਟਾ ਤੁਸੀਂ ਕਿਵੇਂ ਮਾਰਦੇ ਆਹ ਤਿੰਨ ਵਾਰ ਚਾਰ ਵਾਰ ਕਦੇ ਖੋਲਦੇ ਮੁੱਠੀ ਉਹੀ ਚਿੱਟਾ ਅਸਲੀ ਹੁੰਦਾ ਜਿਹੜਾ ਅਸੀਂ ਮਾਰਦੇ ਹਾਂ ਉਹਨੂੰ ਕਿਆ ਹੁੰਦਾ ਲੈ ਆਪਣੇ ਆਪਣਾ ਤਰੀਕਾ ਸਾਰਿਆਂ ਦਾ ਪਾਉਣ ਦਾ ਚਲੋ ਦਿਖਾਉਣੇ ਤੁਹਾਨੂੰ ਨਾਲ ਦੀ ਨਾਲ ਬਣੇ ਰਹੋ ਚਿੱਟਾ ਵੱਜ ਰਿਹਾ ਅਤੇ ਬਾਕੀ ਤਾਂ ਦੇਖ ਹੀ ਜਾਂਦੇ ਲੋਕ ਵੀ ਕਰੀ ਗਏ ਜਾਂਦੇ ਇਹ ਵੀ ਲੱਗੇ ਹੋਏ ਆ ਮੌਸਮ ਕਿਹੜੇ 'ਚ ਕਣਕ ਬੀਜਣ ਪਿਛਲੇ ਦੀਵਾਲੀ ਨੂੰ 10 ਦਿਨ ਪਏ ਆ ਚਲੋ ਦੇਖਦੇ ਹਾਂ ਬਾਕੀ ਕਿਆ ਬਣਦਾ ਹੁਣ ਉਹ ਪਰਾਂ ਵਾਲੇ ਯਾਰ ਦਾ ਬੀਜ ਘੱਟ ਗਿਆ ਅਤੇ ਡੈਡੀ ਹੁਣ ਗਏ ਬੀਜ ਲੈਣ ਅਤੇ ਮੈਂ ਯਾਰ ਨੂੰ ਮਹਾਂ ਥੋੜ੍ਹੀ ਜਿਹੀ ਰੈਸਟ ਲੈ ਲਵਾਂ ਥੋੜ੍ਹੀ ਜਿਹੀ ਬ੍ਰੇਕ ਲੈ ਲਵਾਂ ਟਰੈਕਟਰ ਪਰ ਅਤੇ ਆਹ ਸਾਰਾ ਨਿਬੜ ਗਿਆ ਉਹ ਤੱਕਰ ਆਹ ਰਹਿ ਗਏ 3-4 ਕਿਆਰੇ ਬਸ ਉਹ ਪਰਾਂ ਵਾਲੇ ਕਿਆਰੇ 'ਚ ਬੀਜ ਰਹਿ ਗਿਆ ਇੱਧਰ ਪੈ ਗਿਆ ਅਤੇ ਆਹ ਵੀ ਪੈ ਗਿਆ ਅਤੇ ਹੁਣ ਇਹਨਾਂ ਨੂੰ ਵਾਹ ਕੇ ਅਤੇ ਉਹ ਪਰਾਂ ਵਾਲਾ ਖੇਤ ਵਾਹ ਕੇ ਫਿਰ ਜਾਊਂਗੇ ਘਰਾਂ ਉਹ ਪਰਾਂ ਵਾਲਾ ਖੇਤ ਵੀ ਪਿਆ ਆਹ ਕੱਲ੍ਹ ਜਿਹੜੇ ਬੀਜ ਗਏ ਤਾਂ ਆਪਾਂ ਉਹ ਆ ਇਹ ਵੱਟਾਂ ਪਾ ਕੇ ਸਵੇਰੇ ਅਤੇ ਤਿਆਰ ਆ ਪੂਰੇ ਅਤੇ ਬੀਜ ਆਉਂਦਾ ਹੁਣ ਟਾਈਮ ਤਾਂ ਦੇਖੋ ਹਲੇ ਹੋਇਆ ਨਹੀਂ ਕਣਕ ਦਾ ਸਾਰੀ ਕਹੀ ਜਾਂਦੇ ਹਾਂ ਜਦ ਵੀ ਬੀਜਦੇ ਹਾਂ ਅਤੇ ਹੁਣ ਮੈਂ ਜੇ ਪਿੰਡ 'ਤੇ ਵੀ ਲੈ ਕੇ ਲੰਘਿਆ ਇੱਕ ਦੋ ਬੰਦੇ ਨੂੰ ਪੁੱਛਿਆ ਵੀ ਕਣਕ ਲੱਗੀ ਬੀਜਣ ਮੈਂ ਦੱਸਿਆ ਵੀ ਹਾਂਜੀ ਕਣਕ ਲੱਗੀਆਂ ਬੀਜਣ ਅਤੇ ਕਹਿੰਦੇ ਵੀ ਹਲੇ ਟਾਈਮ ਤਾਂ ਹੋਇਆ ਨਹੀਂ ਵੀ ਤੁਸੀਂ ਪਹਿਲਾਂ ਹੀ ਚੱਲ ਪਏ ਅਤੇ ਇਹ ਫਿਰ ਹੁਣ ਅਸੀਂ ਕਿਵੇਂ ਥੋੜ੍ਹਾ ਜਿਹਾ ਅਸੀਂ ਐਡਵਾਂਸ ਹੀ ਰਹਿੰਦੇ ਹਾਂ ਪਿਛਲੇ 4-5 ਸਾਲਾਂ ਦੇ ਅਸੀਂ ਇੱਕ ਨਹੀਂ ਬੀਜਦੇ ਹੁੰਦੇ ਰਹੇ ਹਫ਼ਤਾ ਪਹਿਲਾਂ ਦਿਵਾਲੀ 'ਤੇ ਅਤੇ ਹੁਣ ਵੀ 10-ਕੁ ਦਿਨ ਦਾ ਹੀ ਫਰਕ ਆ ਥੋੜ੍ਹਾ ਜਿਹਾ ਅਤੇ 4-5 ਸਾਲ ਅਸੀਂ ਫਿਰ ਵਿੱਚ ਨੂੰ ਗੈਪ ਜਿਹਾ ਰੱਖਿਆ ਥੋੜ੍ਹਾ ਜਿਹਾ ਕਣਕ ਜ਼ਿਆਦਾ ਘਟਾ ਲਈ ਤੀ ਬੂਟੇ ਬਾਟੇ ਬੜੇ ਹੋ ਗਏ ਤੇ ਜਾਂ ਕੁਛ ਹੋਰ ਚੱਕਰ ਦਾ ਖੇਤ ਵੀ ਨਹੀਂ ਤੇ ਆਪਣੇ ਕੋਲ ਅਤੇ ਕਣਕ ਥੋੜ੍ਹੀ ਘਟਾ ਲਈ ਤੀ ਥੋੜ੍ਹਾ ਹੁਣ ਜਾਂ ਪਿਛਲੇ ਸਾਲ ਵੀ ਬੀਜੀ ਉਹ ਤਾਂ ਪਿਛਲੇ ਸਾਲ ਹੀ ਬੀਜੀ ਤਾਂ ਦਿਵਾਲੀ ਉਹ ਬੀਜ ਗਏ ਉਹਦੇ ਫਰਕ ਕਰਕੇ ਅਤੇ ਹੁਣ ਅਸੀਂ ਪਹਿਲਾਂ ਵਾਲੇ ਪੁਜੀਸ਼ਨ ਪਰ ਵਾਪਸ ਆ ਗਏ ਜਿੱਕਣਾ ਪਹਿਲਾਂ ਬੀਜਦੇ ਹੁੰਦੇ ਨੇ ਪਹਿਲਾਂ ਸਕਾਊਟ ਜੀਟਰਾਂ ਨਾਲ ਬੀਜੀ ਬਥੇਰੀ ਕਣਕ ਜਦ ਦੇ ਟਾਈਮ 'ਚ ਅਤੇ ਹੁਣ ਸਵਰਾਜ ਆਉਂਦਾ ਆਉਂਦਾ ਫਿਰ ਹੁਣ ਆਇਆ 44 ਅੱਗੇ ਦੇਖੋ ਕਿਹੜਾ ਆਉਂਦਾ ਹੁਣ ਅਤੇ ਫਿਰ ਉਹਦੇ ਕਰਕੇ ਅਸੀਂ ਡੈਡੀ ਕਹਿੰਦੇ ਵੀ ਨਹੀਂ ਐਤਕੀ ਵੀ ਕਹਿੰਦੇ ਪਹਿਲਾਂ ਪ੍ਰੋਸੈਸ ਕਰਕੇ ਦੇਖਣਾ ਵੀ ਦਿਵਾਲੀ 'ਤੇ 10 ਦਿਨ ਪਹਿਲਾਂ ਬੀਜ ਕੇ ਦੇਖਣੀ ਕਣਕ ਵੀ ਕਿਆ ਕਹਿੰਦੀ ਆ ਅਤੇ ਉਹ ਪ੍ਰੋਸੀਜਰ ਨਾਲੇ ਚੱਲਿਆ ਹੁਣ ਅਸੀਂ 10 ਦਿਨ ਪਹਿਲਾਂ ਬੀਜਿਆ ਕਣਕ ਦੇਖਦੇ ਹਾਂ ਬਾਕੀ ਕਿਆ ਬਣਦਾ ਦਿਵਾਲੀ ਦੇ ਟਾਈਮ ਵੀ ਬੀਜੂਗਾ ਕਣਕ ਉੱਧਰ ਜਿਹੜਾ ਗੰਨਾ ਆਉਣਾ ਗੰਨੇ ਵਾਲਾ ਵੀ ਦਿਵਾਲੀ ਦੇ ਟਾਈਮ ਬੀਜਾਂਗੇ ਉਹਦਾ ਵੀ ਦੇਖ ਲਾਂਗੇ ਕਿਆ ਰਿਜ਼ਲਟ ਇਹਦਾ ਵੀ ਦੇਖ ਲੂੰ ਕਿਆ ਫਰਕ ਪੈਂਦਾ ਅਤੇ ਬਾਕੀ ਇਹਦਾ ਚੱਲੇ ਜਾਣੇ ਘੱਟੇ ਵੱਧਦੇ ਦਾ ਕੋਈ ਰੌਲਾ ਨਹੀਂ ਹੈ ਜੀ ਅਤੇ ਬਾਕੀ ਹੁਣ ਦੇਖੋ ਕਿਆ ਬਣਦਾ ਵੀ ਤਾਂ ਦਿੱਤੀ ਮੇਰੇ ਹਿਸਾਬ ਨਾਲ ਤਾਂ ਵੈਸੇ ਤਾਂ ਮੌਸਮ ਦਾ ਫਰਕ ਪੈ ਰਿਹਾ ਹੁਣ ਵੀ ਇਸ ਟਾਈਮ ਥੋੜ੍ਹਾ ਜਿਹਾ 6-5:30 ਦਾ ਟਾਈਮ ਹੋ ਗਿਆ ਅਤੇ ਠੰਡ ਜੀ ਹੋਣ ਲੱਗ ਗਈ ਥੋੜ੍ਹੀ ਥੋੜ੍ਹੀ ਮੌਸਮ ਦਾ ਅਤੇ ਬਾਕੀ ਸਵੇਰ ਨੂੰ ਤਾਂ ਤੁਹਾਨੂੰ ਪਤਾ ਹੀ ਆ ਸਵੇਰੇ ਤਾਂ ਪੂਰੀ ਠੰਡ ਲੱਗਦੀ ਸਵੇਰੇ ਮੈਂ ਸਾਜਰੇ ਖੇਤਾਂ 'ਚ ਆਇਆ ਉਰੇ ਪੂਰੀ ਠੰਡ ਲੱਗ ਗਈ ਐਨ ਸਵੇਰੇ ਕਾਂਬਾ ਚੜ੍ਹਦਾ ਰਿਹਾ ਪੂਰਾ ਅਤੇ ਮੌਸਮ ਦੇ ਹਿਸਾਬ ਨਾਲ ਤਾਂ ਠੀਕ ਹੈ ਅਤੇ ਹੁਣ ਬਾਕੀ ਦੇਖਦੇ ਹਾਂ ਕੋਈ ਚੱਕਰ ਨਹੀਂ ਦੇਖੀ ਜਾਊ ਕਿਆ ਬਣਦਾ ਲੈ ਲਿਆ ਹੁਣ ਮੰਗਾ ਤਜਰਬਾ ਹੀ ਕਰੇਗੀ ਸਾਰੀ ਜ਼ਿੰਦਗੀ ਹਾਂ ਵੀ ਤਜਰਬਾ ਹੀ ਸਹੀ ਕੋਈ ਚੱਕਰ ਨਹੀਂ ਟਰੈਕਟਰ ਤਾਂ ਦੇਖਦੇ ਹਾਂ ਕਰਦੇ ਹਾਂ ਕੋਈ ਕਹਿੰਦਾ ਤੁਹਾਨੂੰ ਦਿੰਦੇ ਹਾਂ ਸਰਪ੍ਰਾਈਜ਼ ਨਵਾਂ ਬਣਦੀ ਹੈ ਸਲਾਹ ਜੀ ਸਾਡੀ ਵੀ ਕੁਛ ਕਰ ਦਈਏ ਆਹ ਸਿਸਟਮ ਵੀ ਆਪਣਾ ਰਹਿੰਦਾ ਹਲੇ ਅੱਧ ਵਿਚਾਲੇ ਜੇ ਇਹਦਾ ਵੀ ਕਰਦੇ ਹਾਂ ਇਲਾਜ ਕੋਈ ਹੁਣ ਟਾਈਮ ਹੀ ਨਹੀਂ ਲੱਗਦਾ ਹੈਗਾ ਕਿਆ ਕਰੀਏ ਲਾਉਣਾ ਸਿਸਟਮ ਐਤਵਾਰ ਕੱਲ੍ਹ ਦਾ ਐਤਵਾਰ ਤਾਂ ਕੱਲ੍ਹ ਨੂੰ ਦੇਖਦੇ ਵੀ ਕੱਲ੍ਹ ਨੂੰ ਲਾਉਂਗੇ ਅਤੇ ਕੱਲ੍ਹ ਨੂੰ ਹੋਰ ਕੰਮ ਬਹੁਤ ਮੁੱਕਣੇ ਨਹੀਂ ਆ ਜੜਾ ਜੁੜਾ ਸਫਾਈ ਕਰਨੀ ਆ ਅਤੇ ਹੋਰ ਬਹੁਤ ਕਈ ਕੰਮ ਉਹ ਵੀ ਕਰਨੇ ਆ ਅਤੇ ਉਹਦੇ ਕਰਕੇ ਕੱਲ੍ਹ ਨੂੰ ਵੀ ਟਾਈਮ ਲੱਗਣਾ ਨਹੀਂ ਹੈ ਜੇ ਵਿੱਚ ਵਿਚਾਲੇ ਜੇ ਰਾਤ ਬਰਾਤ ਦੇਖ ਲਾਂਗੇ ਰਾਤ ਨੂੰ ਘੰਟਾ ਕੁ ਲਾ ਕੇ ਫਿੱਟ ਕਰ ਦਾਂਗੇ ਫਿੱਟ ਕਰਨ ਦਾ ਕੁਛ ਵੀ ਲੱਗਣਾ ਸਾਰਾ ਕੁਝ ਤਿਆਰ ਕਰਿਆ ਹੋਇਆ ਅਤੇ ਬਾਕੀ ਬੈਰਿੰਗ ਬੋਰਿੰਗ ਸਾਰੀ ਹੋਈ ਵੀ ਆ ਟੰਗਣਾ ਹੀ ਆ ਬਸ ਉੱਪਰ ਟੰਗ ਕੇ ਸਕਰਿਊ ਮਾਰਨੇ ਆ ਅਤੇ ਦੇਖਦੇ ਹਾਂ ਬਾਕੀ ਹੁਣ ਕਿਆ ਕਰਦੇ ਕਿਆ ਕਰਦਾ ਸਮਾਂ ਦਿਨ ਬਹੁਤ ਛੋਟੇ ਹੋ ਗਏ ਦਿਨ ਬੜੀ ਛੇਤੀ ਲੰਘੀ ਜਾਂਦੇ ਕਿਆ ਕਰੀਏ ਦਿਨ ਭੱਜੇ ਜਾਂਦੇ ਹੁਣ ਦੇਖ ਲਓ ਹਨੇਰਾ ਹੋਣ ਲੱਗ ਗਿਆ ਬਸ ਹੁਣੇ ਨਹੀਂ ਇਸ ਟਾਈਮ ਪੂਰੀ ਧੁੱਪਾਂ ਪਈ ਹੁੰਦੀ ਤੀ ਅੱਜ 20 ਦਿਨ ਪਹਿਲਾਂ ਆ ਹੁਣ ਦੁਸਹਿਰੇ ਤੋਂ ਬਾਅਦ ਮੌਸਮ ਦਾ ਇੱਕੋ ਲੱਗਦਾ ਫਰਕ ਪੈ ਗਿਆ ਅਤੇ ਚਲੋ ਹੁਣ ਪਾਉਂਦੇ ਹਾਂ ਫਿਰ ਦੇਖਦੇ ਹਾਂ ਕਿ ਬਣਦੇ ਕਿਆ ਅਤੇ ਬੁਰਾ ਹਾਲ ਹੋਇਆ ਵਾ ਮੂੰਹ ਦਾ ਵੀ ਜਿਹੜਾ ਚਿੱਟਾ ਵੀ ਡਾਇਆ ਜਿਹਾ ਸਾਲਾ ਇਹ ਕਿਹੜਾ ਵੀ 13 ਜਾਂ ਇਹ ਬੜਾ ਖਰਾਬ ਕਰਦਾ ਸਕਿੰਨ ਨੂੰ ਇਹਨੇ ਪਹਿਲਾਂ ਵੀ ਮੇਰੇ ਸਕਿੰਨ ਨੂੰ ਇੱਕ ਵਾਰ ਐਲਰਜੀ ਕਰਦੀ ਮੈਨੂੰ ਲੱਗਦਾ ਫਿਰ ਉਹ ਚੱਕਰ ਪਾਊਗਾ ਇਹ ਅਤੇ ਆ ਦੇਖੋ ਇਹਨੇ ਥੋੜ੍ਹਾ ਜਿਹਾ ਮੂੰਹ ਲਾਲ ਲਾਲ ਜਿਹਾ ਕਰਤਾ ਕਾਫੀ ਅਤੇ ਬਾਕੀ ਦੇਖਦੇ ਹਾਂ ਹੁਣ ਚਲੋ